ਵਾਲੀ ਪੁਲਿਸ ਮੁਰਦਾਬਾਦ। ਮਾਈਨਿੰਗ ਵਿਭਾਗ ਦੇ ਦੁਆਰਾ ਖੇਤਾਂ 'ਚ ਨਜਾਇਜ਼ ਮਾਈਨਿੰਗ ਕਰਦੇ ਟਰੈਕਟਰ ਟਰਾਲੀਆਂ ਨੂੰ ਫੜਨ ਤੇ ਹੰਗਾਮਾ ਹੋ ਗਿਆ, ਜਿਸ ਕਾਰਨ ਕਿਸਾਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਆਮੋ ਸਾਹਮਣੇ ਹੋ ਗਏ ਅਤੇ ਪੁਲਿਸ ਦੀ ਦਖਲ ਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਅਬਦੁੱਲਾਪੁਰ 'ਚ ਉਸ ਸਮੇਂ ਕਿਸਾਨ ਅਤੇ ਮਾਈਨਿੰਗ ਵਿਭਾਗ ਆਮੋ ਸਾਹਮਣੇ ਹੋ ਗਿਆ, ਜਦੋਂ ਮਾਈਨਿੰਗ ਵਿਭਾਗ ਦੇ ਦੁਆਰਾ ਖੇਤਾਂ 'ਚ ਨਜਾਇਜ਼ ਮਾਈਨਿੰਗ ਕਰਦੇ ਹੋਏ ਟਰੈਕਟਰ ਟਰਾਲੀਆਂ ਨੂੰ ਫੜ ਲਿਆ ਗਿਆ। ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਟਰਾਲੀਆਂ ਨੂੰ ਆਪਣੇ ਕਬਜ਼ੇ 'ਚ ਲੈਣ ਲੱਗੇ ਅਤੇ ਲੋਕਾਂ ਨੇ ਅਧਿਕਾਰੀਆਂ ਦਾ ਰਸਤਾ ਰੋਕ ਲਿਆ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਸ ਥਾਂ ਤੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਵਿਭਾਗ ਉਹਨਾਂ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ, ਕਿਉਂਕਿ ਪਿਛਲੇ ਸਾਲ ਹੜ੍ਹ ਦੇ ਕਾਰਨ ਖੇਤਾਂ ਦੇ ਵਿੱਚ ਰੇਤਾ ਭਰ ਗਿਆ ਸੀ, ਜਿਸ ਨੂੰ ਹਟਾਉਣ ਲਈ ਇੱਥੇ ਮਾਈਨਿੰਗ ਕੀਤੀ ਜਾ ਰਹੀ ਸੀ। ਮਾਮਲਾ ਵਿਗੜਦਾ ਵੇਖ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਭਾਰੀ ਸੰਖਿਆ ਦੇ ਵਿੱਚ ਪੁਲਿਸ ਨੂੰ ਸੱਦਣਾ ਪਿਆ। ਇਸ ਮੁੱਦੇ ਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹ ਦੇ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਰੇਤਾ ਭਰ ਗਿਆ ਸੀ, ਜਿਸ ਨੂੰ ਹਟਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਸੀ, ਪਰ ਹੁਣ ਕਿਸਾਨ ਖੁਦ ਆਪਣੇ ਖੇਤਾਂ ਦੇ ਵਿੱਚੋਂ ਇਹ ਰੇਤਾ ਹਟਾ ਰਹੇ ਨੇ ਤੇ ਮਾਈਨਿੰਗ ਵਿਭਾਗ ਉਹਨਾਂ ਤੇ ਕਾਰਵਾਈ ਕਰ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਇਸ ਮੁੱਦੇ ਉੱਤੇ SP ਮੇਜਰ ਸਿੰਘ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਦੀ ਜ਼ਮੀਨ ਹੈ, ਨਾ ਕਿ ਕਿਸੇ ਦੀ ਨਿੱਜੀ। ਇਸ ਲਈ ਫੜੇ ਗਏ ਸਾਰੇ ਟਰੈਕਟਰ ਟਰਾਲੀਆਂ ਨੂੰ ਕਬਜ਼ੇ 'ਚ ਲਿਆ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮੌਕੇ ਮਾਹੌਲ ਕਾਫੀ ਤਣਾਅ ਪੂਰਨ ਬਣਦਾ ਨਜ਼ਰ ਆਇਆ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋਲ ਰਿਹਾ ਜੀ। ਜਿਹੜਾ ਸਾਡਾ ਧਰਨਾ ਲੱਗਾ ਆ, ਆਹ ਤੁਸੀਂ ਵੇਖੋ, ਆਹ ਝੋਨਾ ਵੇਖੋ ਪਹਿਲਾਂ, ਨਾਲ ਹੀ ਵਿਖਾਓ ਮੈਂ ਕਹਿੰਨਾ। ਉਹ ਰੇਤਲਾ ਟਿੱਬਾ ਵੀ ਸਾਡੀ ਪੈਲੀ 'ਚ ਵੱਜਾ, ਇੱਧਰ ਉਹ ਪੱਤਰਕਾਰ ਸਾਹਿਬ ਸਾਹਮਣੇ ਟਿੱਬਾ, ਜਿੱਧਰ ਉਹ ਜਿਹੜਾ ਟਰੈਕਟਰ ਖੜਾ, ਇਹ ਜਿਹੜੇ ਵੱਡੇ ਉਹ ਪਿੱਛੇ ਵੀ ਟਿੱਬੇ ਵੱਜੇ ਆ ਰੇਤਾ ਦੇ। ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਵੀ ਹੜ੍ਹਾਂ ਕਰਕੇ ਜ਼ਮੀਨ ਸਾਡੀ 'ਚ ਰੇਤਾ ਪਈ ਆ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਰੇਤਾ ਕੱਢੀ ਜਾਵੇ, ਕਿ ਜੇ ਤੁਸੀਂ ਇਹ ਰੇਤਾ ਨਹੀਂ ਕੱਢੋਗੇ ਫਿਰ ਜ਼ਿੰਮੇਵਾਰ ਇਹ ਰੇਤਾ ਆਪ ਚੁੱਕਣਗੇ। ਸਾਡੀ ਗੱਲ ਪ੍ਰਸ਼ਾਸਨ ਨਾਲ ਮੁੱਕ ਗਈ ਸੀ ਤੇ ਤਾਂ ਹੀ ਇਹ ਚੁੱਕ ਰਹੇ ਸੀ। ਦੂਸਰਾ ਸਾਡਾ ਇਹ ਪੱਖ ਸੀਗਾ ਵੀ ਇੱਕ ਪਾਸੇ ਤੇ ਦਸਾਂ ਨਾਵਾਂ ਦੀ ਕਿਰਤ ਕਰਨ ਵਾਲੇ ਆ, ਇਹ ਪੁਲਿਸ ਨੂੰ ਵੀ ਦੀਦੇ ਆ, ਇਹ ਮਾਈਨਿੰਗ ਨੂੰ ਦੀਦੇ ਆ, ਭਗਵੰਤ ਮਾਨ ਨੂੰ ਵੀ ਦੀਦੇ ਆ। ਆਹ ਜਿਹੜੀ ਤਲਵਾੜੇ ਮਾਈਨਿੰਗ ਚੱਲਦੀ ਆ, ਉੱਥੋਂ MLA ਮੋਟੇ ਮਹੀਨੇ ਲੈਂਦੇ ਆ, ਉਹ ਮਹੀਨੇ ਲੈ ਲੈ ਕੇ ਕਲੋਨੀਆਂ ਕੱਟਣ ਡਏ ਆ, ਉਹ ਕਿਸੇ ਨੂੰ ਦੀਦੇ। ਇੱਕ 52 ਗੇਟ ਦੇ ਸਾਹਮਣੇ ਮੈਂ ਵਾਰ ਵਾਰ ਕਹਿ ਰਿਹਾ ਸੇਰ ਦਾ, 52 ਗੇਟ ਦੇ ਸਾਹਮਣੇ ਇੱਕ ਕ੍ਰੈਸ਼ਰ ਆ, ਉਹ ਕਿਹੜੇ ਸਿਆਸਤਦਾਨ ਦਾ ਆ? ਜੇ ਸਾਨੂੰ ਪਤਾ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ? ਇਹਨਾਂ ਦੀ CID ਕੀ ਕਰਦੀ ਆ, ਇਹਨਾਂ ਦੀ ਸਪੈਸ਼ਲ ਬ੍ਰਾਂਚ ਕੀ ਕਰਦੀ ਆ? ਇਹ ਕਿਉਂ ਨਹੀਂ ਉੱਪਰ ਅਫਸਰਾਂ ਨੂੰ ਦੱਸਦੇ? ਕਿਹੜਾ MLA ਕਿੰਨੀ ਗ੍ਰਾਹੀ ਕਰਦਾ ਕ੍ਰੈਸ਼ਰਾਂ ਤੋਂ, ਕਿਹੜਾ ਅਫਸਰ ਕਿੰਨੀ ਗ੍ਰਾਹੀ ਕਰਦਾ, ਕਿਹਨੂੰ ਕੀ ਨਹੀਂ ਪਤਾ? ਆਹ SHO ਦੱਸੂਗਾ ਇੱਥੇ ਸਾਨੂੰ ਡੱਕਣ ਆਇਆ, ਇਹਦੇ ਅੱਗੋਂ ਓਵਰਲੋਡ ਟਰੱਕ ਲੰਘਦੇ ਆ। ਇਹ ਸਾਰੇ ਮੁੱਦੇ ਅਸੀਂ ਉਦੋਂ ਵੀ ਰੱਖੇ ਸੀ ਤੇ ਸਾਡੀ ਤਾਂ ਹੀ ਮੁੱਕੀ ਸੀ। ਅੱਜ ਸਾਨੂੰ ਧੋਖੇ 'ਚ ਲੈ ਕੇ ਇਹਨਾਂ ਨੇ ਦੇਰ ਰਾਤ ਟਰਾਲੀਆਂ ਘੇਰੀਆਂ, ਅਸੀਂ ਟਰਾਲੀਆਂ ਉੱਥੋਂ ਨਹੀਂ ਜਾਣ ਦਿੱਤੀਆਂ। ਇਹਨੂੰ ਸਾਰਾ ਕੁਝ ਸਾਡੇ ਸੂਬਾ ਆਗੂ ਵੇਖ ਰਹੇ ਆ, ਉਹਨਾਂ ਦੀ ਉੱਪਰ ਸੀਨੀਅਰ ਅਧਿਕਾਰੀਆਂ ਨਾਲ ਮੁੱਗੀ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦਾ ਸਾਰਥਕ ਹੱਲ ਕੱਢ ਲਿਆ ਜਾਊਗਾ, ਤੇ ਜੇ ਨਹੀਂ ਨਿਕਲਦਾ ਤੇ ਸਾਡੇ ਕਿਹੜੇ ਅਮਰੀਕਾ ਦੇ ਵਿਜੇ ਲੱਗੇ, ਅਸੀਂ ਫਿਰ ਜੰਗ ਦੇ ਮੈਦਾਨ 'ਚ ਹਾਂ। SDO ਮਾਈਨਿੰਗ ਦੱਸੂਗਾ ਘੇਰਿਆ ਜਾਊਗਾ ਜੇ ਇਹਦਾ ਸਾਰਥਕ ਹੱਲ ਨਾ ਨਿਕਲਿਆ ਤੇ ਤਾਂ। ਨਹੀਂ ਦੇਖੋ, ਜੋ ਜਿਹੜੀ ਐਜ਼ ਪਰ ਮਾਈਨਿੰਗ ਡਿਪਾਰਟਮੈਂਟ ਨੇ ਸਾਨੂੰ ਰਿਟਨ ਇਨਪੁੱਟ ਵਗੈਰਾ ਦੇ ਕੇ ਰੁਕਾ ਭੇਜਿਆ ਹੈਗਾ,
ਇਹ ਸੈਂਟਰ ਸਰਕਾਰ ਦੀ ਜਿਹੜੀ ਜਗ੍ਹਾ ਹੈਗੀ ਹੈ ਜਿੱਥੋਂ ਇਹ ਨਜਾਇਜ਼ ਮਾਈਨਿੰਗ ਤੌਰ 'ਤੇ ਹੋ ਰਹੀ ਹੈ, ਕੋਈ ਲੀਗਲ ਵੇ ਨਹੀਂ ਹੈਗਾ ਮਾਈਨਿੰਗ ਦਾ, ਕੋਈ ਖੱਡ ਲਾਟ ਨਹੀਂ ਹੈਗੀ, ਇਹ ਬਿਲਕੁਲ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜੀ ਇਹਨਾਂ ਨੂੰ ਇਹਦੇ 'ਤੇ ਅਸੀਂ ਐੱਫ ਆਈ ਆਰ ਬਣਦੀ ਕਰ ਦਿੱਤੀ ਹੈ ਔਰ ਟਰਾਲੀਆਂ ਅਸੀਂ ਉਹਨੂੰ ਕਬਜ਼ਾ ਪੁਲਿਸ ਵਿੱਚ ਲੈ ਰਹੇ ਹਾਂ। ਡਿਊਟੀ ਦੌਰਾਨ ਵਾਧਾ ਪਾਇਆ ਉਹਦੇ ਵਿੱਚ ਅਸੀਂ ਜਿਹੜਾ ਕੱਢ ਕੇ ਹੁਣ ਕੀਤਾ, ਪਹਿਲਾਂ ਟਰਾਲੀਆਂ ਨਹੀਂ ਜਾਣ ਦਿੰਦੇ ਸੀ, ਘੇਰ ਦਿੰਦੇ ਸੀ, ਹੁਣ ਇਹਨਾਂ ਨੂੰ ਅਸੀਂ ਸਾਰਾ ਸਮਝਾਇਆ ਲੀਗਲ ਵੇ ਨਾਲ ਤੁਸੀਂ ਆਪਣਾ ਸਿਸਟਮ ਅਡੋਪਟ ਕਰੋ ਅਤੇ ਲੀਗਲ ਵੇ ਨਾਲ ਤੁਸੀਂ ਜਿਹੜਾ ਜਿੰਨੀ ਸਾਡਾ ਲੀਗਲ ਵੇ ਬਣਦਾ ਉਹਦੇ ਮੁਤਾਬਕ ਅਸੀਂ ਆਪਣੀ ਕਾਰਵਾਈ ਕਰਾਂਗੇ। ਟਰਾਲੀਆਂ ਲੈ ਚੱਲੇ? ਅਸੀਂ ਟਰਾਲੀਆਂ ਲੈ ਕੇ ਜਾ ਰਹੇ ਹਾਂ। ਹਾਂਜੀ।